ਅਸੀਂ ਸਰੀਰਕ ਤੌਰ ਤੇ ਇੱਕ ਦੂਜੇ ਦੇ ਨੇੜੇ ਖੜੇ ਹੁੰਨੇ ਆ ਨੇੜੇ ਬੈਠੇ ਹੁੰਨੇ ਆ ਪਰ ਵਿਚਾਰਾਂ ਦਾ ਬਖਰੇਵਾ ਜਿਹੜਾ ਮੋਬਾਈਲ ਨੇ ਬਹੁਤ ਸਾਰਾ ਪਾ ਦਿੱਤਾ। ਹਾਲਾਂਕਿ ਮੋਬਾਈਲ ਵਿਗਿਆਨ ਦੀ ਉੱਤਮ ਕਾਢ ਹੈ, ਮੈਂ ਸਮਝਦਾ ਇਹਨੂੰ ਚੰਗੇ ਕੰਮਾਂ ਲਈ ਯੂਟੀਲਾਈਜ਼ ਕਰਨਾ ਚਾਹੀਦਾ ਔਰ ਅਸੀਂ ਰਿਸ਼ਤਿਆਂ ਨੂੰ ਦੂਰ ਕਰਨ ਲਈ ਵਰਤ ਰਹੇ ਹਾਂ, ਅਸੀਂ ਹੋਰ ਗਲਤ ਕੰਮਾਂ ਲਈ ਵਰਤ ਰਹੇ ਹਾਂ। ਪਰ ਨਰੇਸ਼ ਕਤੂਰੀ ਦੀ ਮਹਾਰਤ ਹੈ ਕਿ ਉਹਨੇ ਸ਼ਹਿਰ ਦੇ ਵਿੱਚ ਨਿੰਮ ਲਪੇਟ ਕੇ ਦਿੱਤੀ ਹੈ, ਕੋਮੇਡੀ ਦੇ ਵਿੱਚ ਬਹੁਤ ਛੋਟੇ ਛੋਟੇ ਮੈਸੇਜ ਨੇ ਲਪੇਟ ਕੇ ਦਿੱਤੇ ਨੇ। ਸੋ ਸਾਰੇ ਐਕਟਰਾਂ ਨੇ ਬਹੁਤ ਸੋਹਣਾ ਕੰਮ ਕੀਤਾ। ਰਾਜ ਧਾਲੀਵਾਲ ਦਾ ਬਹੁਤ ਅੱਛਾ ਕੰਮ ਸੀ, ਕਰਨਜੀਤ ਕੌਰ ਦਾ ਬਹੁਤ ਅੱਛਾ ਕੰਮ ਸੀ, ਦੀਪੀ ਗਰੇਵਾਲ ਦਾ ਖੈਰ ਹਾਈ ਕਮਾਲ। ਸੋ ਸਾਡੀ ਕੁੜੀ ਨਵੀਂ ਤਨੂੰ ਗਰੇਵਾਲ ਦਾ ਬਹੁਤ ਅੱਛਾ ਕੰਮ ਲੱਗਿਆ, ਉਹਨੇ ਬਹੁਤ ਅੱਛਾ ਕਰੈਕਟਰ ਨਿਭਾਇਆ। ਸਾਰੇ ਬੰਦੇ ਸਟ੍ਰੈਸ 'ਚ ਨੇ, ਉਹ ਸਟ੍ਰੈਸ ਦੇ ਵਿੱਚ ਸਾਨੂੰ ਸੱਚੀਮੁੱਚ ਹੱਸਣ ਦੀ ਲੋੜ ਹੈ। ਅੱਜ ਸਾਰਿਆਂ ਦੇ ਮੂੰਹਾਂ 'ਤੇ ਰੌਣਕ ਆਵੇ, ਚਿਹਰਿਆਂ 'ਤੇ ਖੇੜਾ ਆਵੇ, ਇਹਦੀ ਬਹੁਤ ਜ਼ਰੂਰਤ ਹੈ। ਸੋ ਸਿਨੇਮਾ ਉਹਦੇ ਲਈ ਵੱਡਾ ਸਾਧਨ ਹੈ। ਮੈਂ ਸਮਝਦਾ ਜੇ ਕੋਈ ਹਾਸਿਆਂ ਦੇ ਵਿੱਚ ਤੁਹਾਨੂੰ ਕੋਈ ਚੰਗੀ ਗੱਲ ਕਹਿਣ ਦੀ ਕੋਸ਼ਿਸ਼ ਕਰਦਾ ਤਾਂ ਇਹਦੇ ਨਾਲ ਵਧੀਆ ਗੱਲ ਹੋ ਨਹੀਂ ਸਕਦੀ ਕਿ ਤੁਹਾਡਾ ਐਂਟਰਟੇਨ ਵੀ ਕਰ ਰਿਹਾ ਅਤੇ ਤੁਹਾਡੀ ਫੈਮਿਲੀ ਦਾ ਇੰਜੋਏ ਵੀ ਕਰ ਰਿਹਾ। ਤੁਸੀਂ ਹੁਣ ਜਾਂਦੇ ਜਾਂਦੇ ਗੱਡੀ 'ਚ ਉਸ ਫਿਲਮ ਦੀ ਗੱਲ ਕਰਦੇ ਰਹੋਗੇ, ਕੱਲ੍ਹ ਵੀ ਉਹਦੀ ਫਿਲਮ ਦੀ ਗੱਲ ਕਰੋਗੇ, ਆਪਣੇ ਫੈਮਿਲੀ 'ਚ ਗੱਲ ਕਰੋਗੇ, ਦੋਸਤਾਂ ਮਿੱਤਰਾਂ ਨਾਲ ਗੱਲ ਕਰੋਗੇ, ਨਾਲੇ ਤੁਸੀਂ ਹੱਸੋਗੇ ਵੀ। ਸੋ ਤੁਹਾਡਾ ਇੰਜੋਏ ਵੀ ਹੋਇਆ, ਤੁਹਾਨੂੰ ਗੁੱਡ ਮੈਸੇਜ ਮਿਲਿਆ। ਸੋ ਇਹ ਕਮੇਡੀ ਦੀ ਇੱਕ ਬੜੀ ਮੁਹਾਰਤ ਹੈ ਜਿਹੜੀ ਇਸ ਫਿਲਮ ਦੇ ਵਿੱਚ ਸਾਡੇ ਮੇਕਰ ਸਾਹਿਬਾਨ ਨੇ ਯੂਜ਼ ਕੀਤੀ। ਸਤਿ ਸ਼੍ਰੀ ਅਕਾਲ। ਤੁਸੀਂ ਬਹੁਤ ਵਧੀਆ। ਫਿਲਮ ਫਾਈਨਲੀ ਰਿਲੀਜ਼ ਹੋਈ ਆ, ਬੇਸ਼ੱਕ ਛੋਟਾ ਜਿਹਾ ਕਿਰਦਾਰ ਸੀ, ਲੇਕਿਨ ਮੈਂ ਉਸ ਸੀਨ ਦੀ ਗੱਲ ਕਰਾਂ, ਅਸੀਂ ਸਾਰੇ ਦੇਖ ਕੇ ਬਹੁਤ ਹੱਸੇ। ਤੁਹਾਡੇ ਲਈ ਸ਼ੂਟ ਕਰਨਾ ਕਿੰਨਾ ਔਖਾ ਸੀ? ਦੇਖੋ, ਸ਼ੂਟ ਕਰਨਾ ਬਹੁਤ ਔਖਾ ਸੀ। ਲਾਈਫ ਦੇ ਵਿੱਚ ਪਹਿਲੀ ਵਾਰ ਹੋਇਆ, ਚਾਹੇ ਕਿਸੇ ਫਿਲਮ ਦੇ ਵਿੱਚ ਹੀ ਹੋਵੇ, ਹਿਮਰਗਤ ਦੇ ਉੱਤੇ ਵਿਹਸਾ ਜਾਂਦਾ। ਸੋ ਇਹ ਆਪਣੇ ਆਪ ਹਾਸੀ ਰੋਕਣੀ ਬੜਾ ਔਖਾ ਸੀ, ਪਰ ਜਦੋਂ ਮੈਂ ਪਰਦੇ ਦੇਖਦਾ ਤਾਂ ਮੈਨੂੰ ਸਗੋਂ ਹੋਰ ਜ਼ਿਆਦਾ ਹਾਸੀ ਆਉਂਦੀ ਹੈ ਕਿ ਮੈਂ ਆਪਣੇ ਆਪ ਨੂੰ ਉੱਥੇ ਕਿਵੇਂ ਰੋਕ ਰੋਕ ਕੇ ਰੱਖ ਰਿਹਾ ਸੀ। ਸੋ ਵੱਡੀ ਗੱਲ ਇਹ ਹੈ ਕਿ ਫਿਲਮ ਸਮੇਂ ਦੇ ਹਾਣ ਦੀ ਹੈ। ਸਾਡੇ ਸਿਨੇਮੇ ਨੂੰ ਅੱਜ ਇਹੋ ਜਿਹੀਆਂ ਫਿਲਮਾਂ ਦੀ ਲੋੜ ਹੈ। ਅੱਜ ਜਿਵੇਂ ਕਿਉਂਕਿ OTT ਆਉਣ ਦੇ ਨਾਲ ਸਿਨੇਮਾ ਬਹੁਤ ਦੂਰ ਤੱਕ ਫੈਲਿਆ, ਅੱਜ ਸਾਡੇ ਕੋਲ ਮੰਡੀ ਖੁੱਲ੍ਹ ਗਈ, ਤੁਸੀਂ ਵਰਲਡ ਦਾ ਕੋਈ ਵੀ ਸਿਨੇਮਾ ਦੇਖ ਸਕਦੇ ਹੋ। ਸੋ ਸਾਡੇ ਅੱਜ ਵਿਊਅਰਸ ਨੂੰ ਫਿਲਮ ਚਾਹੀਦੀ ਹੈ ਕਿ ਅੱਜ ਸਮੇਂ ਦੀ ਫਿਲਮ ਹੋਵੇ, ਜਿਹਦੇ ਨਾਲ ਲੋਕ ਰਿਲੇਟ ਕਰ ਸਕਣ, ਲੋਕ ਸਮਝ ਸਕਣ ਵੀ ਸਾਡੀ ਫਿਲਮ ਹੈ, ਲੋਕਾਂ ਨੂੰ ਲੱਗ ਸਕੇ ਕਿ ਸਾਡੇ ਆਲੇ ਦੁਆਲੇ ਦੀ ਫਿਲਮ ਹੈ। ਅੱਜ ਅਸੀਂ ਪਰਿਵਾਰ ਦੇ ਵਿੱਚ ਬੇਸ਼ੱਕ 5 ਜੀ ਆ 4 ਆ 6 ਜੀ ਆ, ਸਾਰੇ ਜੀ ਮੋਬਾਈਲਾਂ 'ਤੇ ਲੱਗੇ ਹੋਏ ਨੇ। ਅਸੀਂ ਸਰੀਰਕ ਤੌਰ 'ਤੇ ਇੱਕ ਦੂਜੇ ਦੇ ਨੇੜੇ ਖੜੇ ਹੁੰਦੇ ਹਾਂ, ਨੇੜੇ ਬੈਠੇ ਹੁੰਦੇ ਹਾਂ, ਪਰ ਵਿਚਾਰਾਂ ਦਾ ਬਖਰੇਵਾ ਜਿਹੜਾ ਮੋਬਾਈਲ ਨੇ ਬਹੁਤ ਸਾਰਾ ਪਾ ਦਿੱਤਾ। ਹਾਲਾਂਕਿ ਮੋਬਾਈਲ ਵਿਗਿਆਨ ਦੀ ਉੱਤਮ ਕਾਢ ਹੈ, ਮੈਂ ਸਮਝਦਾ ਇਹਨੂੰ ਚੰਗੇ ਕੰਮਾਂ ਲਈ ਯੂਟੀਲਾਈਜ਼ ਕਰਨਾ ਚਾਹੀਦਾ ਔਰ ਅਸੀਂ ਰਿਸ਼ਤਿਆਂ ਨੂੰ ਦੂਰ ਕਰਨ ਲਈ ਵਰਤ ਰਹੇ ਹਾਂ, ਅਸੀਂ ਹੋਰ ਗਲਤ ਕੰਮਾਂ ਲਈ ਵਰਤ ਰਹੇ ਹਾਂ। ਸੋ ਮੋਬਾਈਲ ਅੱਜ ਸਾਡੇ ਵਿੱਚ ਇੱਕ ਬੜੀ ਕੰਟਰਡਿਕਸ਼ਨ ਖੜੀ ਕਰ ਰਿਹਾ ਹੈ। ਮੈਂ ਸਮਝਦਾ ਜਿਵੇਂ ਆਪਾਂ ਨੂੰ ਪਤਾ ਹੁੰਦਾ ਕਿ ਸ਼ਹਿਦ ਜਿਹੜੀ ਨਿੰਮ ਹੈ ਉਹ ਬੜੀ ਸਾਡੀ ਸਿਹਤ ਲਈ ਚੰਗੀ ਹੈ, ਇਸੇ ਤਰ੍ਹਾਂ ਜਿਹੜਾ ਕੋਈ ਮੈਸੇਜ ਹੈ ਫਿਲਮ 'ਚ ਦੇਣਾ ਉਹ ਚੰਗਾ ਹੁੰਦਾ ਹੈ। ਪਰ ਨਰੇਸ਼ ਕਤੂਰੀ ਦੀ ਮਹਾਰਤ ਹੈ ਕਿ ਉਹਨੇ ਸ਼ਹਿਦ ਦੇ ਵਿੱਚ ਨਿੰਮ ਲਪੇਟ ਕੇ ਦਿੱਤੀ ਹੈ, ਕੋਮੇਡੀ ਦੇ ਵਿੱਚ ਬਹੁਤ ਛੋਟੇ ਛੋਟੇ ਮੈਸੇਜ ਨੇ ਲਪੇਟ ਕੇ ਦਿੱਤੇ ਨੇ। ਸੋ ਸਾਰੇ ਐਕਟਰਾਂ ਨੇ ਬਹੁਤ ਸੋਹਣਾ ਕੰਮ ਕੀਤਾ। ਰਾਜ ਧਾਲੀਵਾਲ ਦਾ ਬਹੁਤ ਅੱਛਾ ਕੰਮ ਸੀ, ਕਰਨਜੀਤ ਕੌਰ ਦਾ ਬਹੁਤ ਅੱਛਾ ਕੰਮ ਸੀ, ਦੀਪੀ ਗਰੇਵਾਲ ਦਾ ਖੈਰ ਹਾਈ ਕਮਾਲ। ਸੋ ਸਾਡੀ ਕੁੜੀ ਨਵੀਂ ਤਨੂੰ ਗਰੇਵਾਲ ਦਾ ਬਹੁਤ ਅੱਛਾ ਕੰਮ ਲੱਗਿਆ, ਉਹਨੇ ਬਹੁਤ ਅੱਛਾ ਕਰੈਕਟਰ ਨਿਭਾਇਆ। ਸੋ ਸਾਰਿਆਂ ਨੇ ਬਹੁਤ ਅੱਛਾ ਸੋਹਣਾ ਕੰਮ ਕੀਤਾ। ਖੈਰ ਸਾਡਾ ਤਾਂ ਛੋਟੀ ਛੋਟੀ ਹਾਇਰੀ ਸੀ, ਪਰ ਸਾਨੂੰ ਲੱਗਦਾ ਕਿ ਉਹ ਜਿਹੀਆਂ ਫਿਲਮਾਂ ਵਿੱਚ ਹੋਰ ਵੱਡਾ ਸਾਡੇ ਲਈ ਕਰਨ ਕੁਛ ਹੈ ਨਹੀਂ ਸੀ। ਸਰਦਾਰ ਸੋਹੀ ਨੇ ਵੀ, ਸਾਰਿਆਂ ਨੇ ਬੇਸ਼ੱਕ ਛੋਟਾ ਕੰਮ ਕੀਤਾ, ਆਪਣੇ ਚੰਗੇ ਕੰਮ ਨਿਭਾਏ ਨੇ, ਪਰ ਮੈਨੂੰ ਲੱਗਦਾ ਕਿ ਇਹੋ ਜਿਹੀਆਂ ਸਾਨੂੰ ਰਲ ਕੇ ਇਹੋ ਜਿਹੀਆਂ ਫਿਲਮਾਂ ਬਣਾਉਣੀ ਚਾਹੀਦੀਆਂ ਜਿਹੜੀਆਂ ਫਿਲਮਾਂ ਲੋਕਾਂ ਨੂੰ ਲੱਗੇ ਕਿ ਸਮੇਂ ਦੇ ਹਾਣ ਦੀਆਂ ਫਿਲਮਾਂ, ਅੱਜ ਦੇ ਸਮੇਂ ਦੀਆਂ ਫਿਲਮ ਹੈ। ਸੋ ਇਸ ਕਰਕੇ ਪੂਰਾ ਫੈਮਿਲੀ ਪੈਕੇਜ ਹੈ, ਇਹ ਫਿਲਮ ਨੂੰ ਬੱਚੇ ਵੀ ਇੰਜੋਏ ਕਰਦੇ ਨੇ, ਵੱਡੇ ਵੀ ਇੰਜੋਏ ਕਰਦੇ ਨੇ ਅਤੇ ਕੁਛ ਸਿੱਖ ਕੇ ਵੀ ਜਾਂਦੇ ਨੇ। ਸੋ ਸਿਨੇਮੇ ਲਈ ਸ਼ੁਭ ਸ਼ਗਨ ਦੀ ਗੱਲ ਹੈ। ਸਰ, ਅਸੀਂ ਅਕਸਰ ਗੱਲ ਕਰਦੇ ਹਾਂ ਕਿ ਸੰਜੀਦਾ ਵਿਸ਼ੇ 'ਤੇ ਫਿਲਮਾਂ ਬਣਨੀਆਂ ਚਾਹੀਦੀਆਂ, ਲੇਕਿਨ ਕੁਝ ਸਿਰਫ ਐਂਟਰਟੇਨਮੈਂਟ ਪਰਪਸ ਨਾਲ ਵੀ ਹੋਣੀਆਂ ਚਾਹੀਦੀਆਂ, ਕਿਉਂਕਿ ਸਾਡੀ ਸੋਸਾਇਟੀ 'ਚ ਪਹਿਲਾਂ ਹੀ ਅਸੀਂ ਸਾਰੇ ਕਈ ਚੀਜ਼ਾਂ ਨੂੰ ਲੈ ਕੇ ਅਪਸੈਟ ਹੁੰਦੇ ਹਾਂ, ਲੇਕਿਨ ਕੌਮਿਕ ਵੇ 'ਚ ਗੱਲਾਂ ਨੂੰ ਕਹਿ ਜਾਣਾ, ਜਿਸ ਤਰ੍ਹਾਂ ਤੁਸੀਂ ਖੁਦ ਹੀ ਨਰੇਸ਼ ਸਰ ਦੀ ਤਾਰੀਫ ਕਰ ਰਹੇ ਹੋ, ਸੋ ਕਈ ਚੀਜ਼ਾਂ ਨੂੰ ਕ੍ਰਿਟੀਸਿਜ਼ਮ ਦੇ ਨਜ਼ਰੀਏ ਨਾਲ ਜੋ ਸਿਰਫ ਲੋਕ ਦੇਖਦੇ ਆ ਕਿ ਉਹਨਾਂ ਨੇ ਕ੍ਰਿਟੀਸਿਜ਼ਮ ਵੀ ਕਰਨਾ, ਉਹਨਾਂ ਨੂੰ ਤੁਸੀਂ ਕੀ ਕਹਿਣਾ? ਦੇਖੋ, ਮੈਂ ਕਹਿਣਾ ਚਾਹੁੰਦਾ ਕਿਉਂਕਿ ਸਿਨੇਮਾ ਹਰ ਤਰ੍ਹਾਂ ਦਾ ਬਣਨਾ ਚਾਹੀਦਾ, ਕੋਮੇਡੀ ਵੀ ਚਾਹੀਦੀ ਹੈ, ਸੀਰੀਜ਼ ਵੀ ਚਾਹੀਦੀ ਹੈ, ਰੋਮਾਂਟਿਕ ਵੀ ਚਾਹੀਦੀ ਹੈ, ਐਕਸ਼ਨ ਸਿਨੇਮਾ ਵੀ ਚਾਹੀਦਾ। ਪਰ ਅੱਜ ਜਿਵੇਂ ਤੁਸੀਂ ਕਿਹਾ ਕਿ ਅਸੀਂ 2.5 ਸਾਲਾਂ ਤੋਂ ਬਾਅਦ ਕਰੋਨਾ 'ਚੋਂ ਉੱਭਰ ਰਹੇ ਹਾਂ, ਸਾਰੇ ਬੰਦੇ ਸਟ੍ਰੈਸ 'ਚ ਨੇ, ਉਹ ਸਟ੍ਰੈਸ ਦੇ ਵਿੱਚ ਸਾਨੂੰ ਸੱਚੀਮੁੱਚ ਹੱਸਣ ਦੀ ਲੋੜ ਹੈ। ਅੱਜ ਸਾਰਿਆਂ ਦੇ ਮੂੰਹਾਂ 'ਤੇ ਰੌਣਕ ਆਵੇ, ਚਿਹਰਿਆਂ 'ਤੇ ਖੇੜਾ ਆਵੇ, ਇਹਦੀ ਬਹੁਤ ਜ਼ਰੂਰਤ ਹੈ। ਸੋ ਸਿਨੇਮਾ ਉਹਦੇ ਲਈ ਵੱਡਾ ਸਾਧਨ ਹੈ। ਮੈਂ ਸਮਝਦਾ ਜੇ ਕੋਈ ਹਾਸਿਆਂ ਦੇ ਵਿੱਚ ਤੁਹਾਨੂੰ ਕੋਈ ਚੰਗੀ ਗੱਲ ਕਹਿਣ ਦੀ ਕੋਸ਼ਿਸ਼ ਕਰਦਾ ਤਾਂ ਇਹਦੇ ਨਾਲ ਵਧੀਆ ਗੱਲ ਹੋ ਨਹੀਂ ਸਕਦੀ ਕਿ ਤੁਹਾਡਾ ਐਂਟਰਟੇਨ ਵੀ ਕਰ ਰਿਹਾ ਅਤੇ ਤੁਹਾਡੀ ਫੈਮਿਲੀ ਦਾ ਇੰਜੋਏ ਵੀ ਕਰ ਰਿਹਾ। ਤੁਸੀਂ ਹੁਣ ਜਾਂਦੇ ਜਾਂਦੇ ਗੱਡੀ 'ਚ ਉਸ ਫਿਲਮ ਦੀ ਗੱਲ ਕਰਦੇ ਰਹੋਗੇ, ਕੱਲ੍ਹ ਵੀ ਉਹਦੀ ਫਿਲਮ ਦੀ ਗੱਲ ਕਰੋਗੇ, ਆਪਣੇ ਫੈਮਿਲੀ 'ਚ ਗੱਲ ਕਰੋਗੇ, ਦੋਸਤਾਂ ਮਿੱਤਰਾਂ ਨਾਲ ਗੱਲ ਕਰੋਗੇ, ਨਾਲੇ ਤੁਸੀਂ ਹੱਸੋਗੇ ਵੀ। ਸੋ ਤੁਹਾਡਾ ਇੰਜੋਏ ਵੀ ਹੋਇਆ, ਤੁਹਾਨੂੰ ਗੁੱਡ ਮੈਸੇਜ ਵੀ ਮਿਲਿਆ। ਸੋ ਇਹ ਕਮੇਡੀ ਦੀ ਇੱਕ ਬੜੀ ਮੁਹਾਰਤ ਹੈ ਜਿਹੜੀ ਇਸ ਫਿਲਮ ਦੇ ਵਿੱਚ ਸਾਡੇ ਮੇਕਰ ਸਾਹਿਬਾਨ ਨੇ ਯੂਜ਼ ਕੀਤੀ ਹੈ। ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਧੰਨਵਾਦ।